që ka të zekrë Sanjar TV me hantar dhe është dipti të harta sarja dhe ajë së ka spesh kështë dhe vetësua gëtë. Kanada dhe veqë 20 të mbërnu që tali një federal qona hon qari nga një. Të federal qona dhe duran vota 20 të mbërnu pen qari nga një. Për gjë tusi pëllna hi apna man bëna qëkë jo ki tusi kedi parti në vot dhe në të tusi apni vot hon vi pa sakde jo. Advance poll dhe veqë hissa lë sakde jo. Advance poll sthanak samme dhe anusar शुक्रवार सवेर 9 बजे तो रात दे 9 बजे तक सोमवार तक लगातार चलेगी। इलेक्शंस कैनेडा का कहना है कि जे तुसी वोट पाउण दे लई रजिस्टर्ड हो तो तुहानू मेल राही वोटर इनफॉर्मेशन कार्ड हासिल हो गया होगा। इस कार्ड विच तुहाडे पोलिंग स्टेशन की लोकेशन भी होगी। इलेक्शन कैनेडा की वैबसाइट के उत्ते यह भी दर्ज है कि जे तुहाडा नाम अते पता तुहाडे कार्ड उत्ते बिल्कुल सही दर्ज है तो वोट पाउण लई अपना एक कार्ड नाल लियाओ अते इस दे नाल ही अपना आई डी कार्ड भी लैके आओ। जेकर तुहानू वोटर कार्ड नहीं मिलिया जां तुहाडी वोटर कार्ड उत्ते जानकारी गलत है तो तुसी ऑनलाइन वोटर रजिस्ट्रेशन सर्विस उत्ते अपनी रजिस्ट्रेशन चेक कर सकते हो। इत्थे अपनी रजिस्ट्रेशन जां पते दी जानकारी अपडेट कर सकते हो ते जां फिर इलेक्शंस कैनेडा नू 1-800-463-6868 उत्ते कॉल करके मदद मंगी जा सकती है। इलेक्शन दे संबंधित किसी भी जानकारी लई 1-800-463-6868 ते कॉल ਕੀਤੀ ਜਾ ਸਕਦੀ ਹੈ। ਸਿਆਸੀ ਜੰਗ ਭਾਵੇਂ ਹੋਰ ਵੀ ਗੰਦਲੀ ਹੋ ਜਾਵੇ ਪਰ ਪੋਲਿੰਗ ਸਟੇਸ਼ਨ ਸਾਫ ਰਹਿਣਗੇ। ਆਉਣ ਵਾਲੀਆਂ ਫੈਡਰਲ ਚੋਣਾਂ ਦੇ ਸੰਬੰਧ ਵਿੱਚ ਪੋਲਿੰਗ ਸਟੇਸ਼ਨ ਜ਼ਰੂਰ ਸਾਫ ਸੁਥਰੇ ਰਹਿਣਗੇ। ਇਲੈਕਸ਼ਨਸ ਕੈਨੇਡਾ ਵੱਲੋਂ ਫੈਡਰਲ ਚੋਣਾਂ ਦੇ ਸੰਬੰਧ ਵਿੱਚ ਹੈਲਥ ਐਂਡ ਸੇਫਟੀ ਮਾਪਦੰਡ ਜਾਰੀ ਕੀਤੇ ਗਏ। ਇਹ ਚੋਣਾਂ ਉਦੋਂ ਹੋਣ ਜਾ ਰਹੀਆਂ ਨੇ ਜਦੋਂ ਕੋਵਿਡ-19 ਦੇ ਤੇਜ਼ੀ ਨਾਲ ਟ੍ਰਾਂਸਮਿਟ ਹੋਣ ਵਾਲੇ ਡੈਲਟਾ ਵੇਰੀਐਂਟ ਦੇ ਮਾਮਲਿਆਂ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਕੈਨੇਡਾ ਦੇ ਚੀਫ ਇਲੈਕਟੋਰਲ ਆਫੀਸਰ ਸਟੀਫਨ ਪੈਰੋ ਨੇ ਕੈਨੇਡੀਅਨਸ ਨੂੰ ਭਰੋਸਾ ਦਵਾਇਆ ਕਿ ਬਾਵਜੂਦ ਇਸ ਦੇ ਕਿ 2.5 ਲੱਖ ਤੋਂ ਵੱਧ ਪੋਲਿੰਗ ਆਫੀਸਰਸ ਲਈ ਕੋਵਿਡ ਵੈਕਸੀਨ ਲਾਜ਼ਮੀ ਨਹੀਂ ਕੀਤੀ ਗਈ ਹੈ, ਕੈਨੇਡਾ ਵਿੱਚ ਫੈਡਰਲ ਚੋਣਾਂ ਸੁਰੱਖਿਅਤ ਰਹਿਣਗੀਆਂ। ਉਹਨਾਂ ਕਿਹਾ ਕਿ ਬੀਤੇ 18 ਮਹੀਨਿਆਂ ਵਿੱਚ ਕੈਨੇਡਾ ਦੇ ਸੂਬਿਆਂ ਸਮੇਤ ਕਈ ਥਾਵਾਂ ਤੇ ਚੋਣਾਂ ਹੋ ਚੁੱਕੀਆਂ ਨੇ ਤੇ ਕਿਤੋਂ ਵੀ ਇਨ ਪਰਸਨ ਵੋਟਿੰਗ ਕਰਕੇ ਕੋਵਿਡ ਆਊਟਬ੍ਰੇਕ ਦੀ ਰਿਪੋਰਟ ਸਾਹਮਣੇ ਨਹੀਂ ਆਈ ਹੈ। ਇਲੈਕਸ਼ਨਸ ਕੈਨੇਡਾ ਦਾ ਕਹਿਣਾ ਹੈ ਕਿ ਵੋਟਰਾਂ ਨੂੰ ਉਸ ਸੂਰਤ ਵਿੱਚ ਮਾਸਕ ਪਾਉਣੇ ਹੋਣਗੇ ਜੇ ਉਹਨਾਂ ਦੇ ਪ੍ਰੋਵਿੰਸ ਜਾਂ ਲੋਕਲ ਜੁਰਿਡਿਕਸ਼ਨ ਦੇ ਵਿੱਚ ਅਜਿਹਾ ਕਰਨ ਸੰਬੰਧੀ ਨਿਯਮ ਲਾਗੂ ਹੈ। ਜੇ ਮਾਸਕ ਸੰਬੰਧੀ ਕੋਈ ਸ਼ਰਤ ਨਹੀਂ ਹੈ ਤਾਂ ਵੀ ਵੋਟਰਾਂ ਨੂੰ ਇਹ ਆਖਿਆ ਜਾਂਦਾ ਹੈ ਕਿ ਉਹ ਮਾਸਕ ਜ਼ਰੂਰ ਪਾਉਣ। ਪੋਲਿੰਗ ਬੂਥ ਦੀ ਐਂਟਰੈਂਸ ਐਗਜ਼ਿਟ ਉੱਤੇ ਸੈਨੇਟਾਈਜ਼ਿੰਗ ਸਟੇਸ਼ਨ ਹੋਣਗੇ। ਇਸ ਦੇ ਨਾਲ ਹੀ ਪੂਰੇ ਪੋਲਿੰਗ ਸਟੇਸ਼ਨ ਵਿੱਚ ਸਾਈਨ ਬੋਰਡ ਲਗਾ ਕੇ ਵੋਟਰਾਂ ਨੂੰ ਫਿਜ਼ੀਕਲ ਡਿਸਟੈਂਸਿੰਗ ਬਰਕਰਾਰ ਰੱਖਣ ਲਈ ਆਖਿਆ ਜਾਵੇਗਾ। ਵੋਟਰਾਂ ਦੇ ਨਾਲ ਇੰਟਰੈਕਸ਼ਨ ਘਟਾਉਣ ਦੇ ਲਈ ਹਰੇਕ ਡੈਸਕ ਉੱਤੇ ਪਲੈਕਸੀ ਗਲਾਸ ਬੈਰੀਅਰ ਦੇ ਪਿੱਛੇ ਇੱਕ ਵਰਕਰ ਬੈਠਾ ਹੋਵੇਗਾ। ਪੋਲ ਵਰਕਰਸ ਨੂੰ ਮਾਸਕ ਤੇ ਫੇਸ ਸ਼ੀਲਡਸ ਮੁਹੱਈਆ ਕਰਵਾਈਆਂ ਜਾਣਗੀਆਂ। ਅਕੈਰੀ ਵਰਤੋਂ ਲਈ ਪੈਨਸਲ ਮੁਹੱਈਆ ਕਰਵਾਈ ਜਾਵੇਗੀ। ਵੋਟਰ ਜੇ ਚਾਹਣਗੇ ਤਾਂ ਆਪਣੀ ਪੈਨਸਲ ਵੀ ਨਾਲ ਲਿਆ ਸਕਦੇ ਨੇ। ਪੋਲ ਵਰਕਰਸ ਦੇ ਵੱਲੋਂ ਆਪਣੇ ਵਰਕ ਸਟੇਸ਼ਨਸ, ਡੋਰ ਹੈਂਡਲਸ ਅਤੇ ਕਾਮਨ ਸਰਵਿਸਿਜ਼ ਨੂੰ ਸਾਰਾ ਦਿਨ ਵਾਰ ਵਾਰ ਸਾਫ਼ ਕੀਤਾ ਜਾਂਦਾ ਰਹੇਗਾ ਅਤੇ ਉਹ ਸਾਵਧਾਨੀ ਦੇ ਨਾਲ ਵਰਤੇ ਹੋਏ ਮਾਸਕ ਤੇ ਗਲਵਜ਼ ਵੀ ਵਰਤਣਗੇ। ਉਮੀਦਵਾਰ ਅਤੇ ਉਹਨਾਂ ਦੇ ਜਿਨ੍ਹਾਂ ਨੁਮਾਇੰਦਿਆਂ ਨੂੰ ਪੋਲਿੰਗ ਅਤੇ ਬੈਲਟ ਕਾਊਂਟਿੰਗ ਲੋਕੇਸ਼ਨ ਉੱਤੇ ਹਾਜ਼ਰ ਰਹਿਣ ਦੀ ਇਜਾਜ਼ਤ ਹੋਵੇਗੀ ਉਹਨਾਂ ਨੂੰ ਮਾਸਕ ਪਾਉਣੇ ਹੋਣਗੇ ਤੇ ਫਿਜ਼ੀਕਲ ਡਿਸਟੈਂਸਿੰਗ ਰੱਖਣੀ ਹੋਵੇਗੀ। ਕੈਨੇਡਾ ਦੇ ਚੀਫ ਇਲੈਕਟੋਰਲ ਆਫੀਸਰ ਨੇ ਆਸ ਪ੍ਰਗਟ ਕੀਤੀ ਕਿ ਇਹ ਚੋਣਾਂ ਸੁਰੱਖਿਅਤ ਢੰਗ ਨਾਲ ਸਿਰੇ ਚੜਾਈਆਂ ਜਾਣਗੀਆਂ। ਕੈਨੇਡੀਅਨ 20 ਸਤੰਬਰ ਨੂੰ ਵੋਟਾਂ ਪਾਉਣਗੇ। ਜੇ ਸਥਿਤੀ ਬਦਲਦੀ ਹੈ ਤਾਂ ਨਿਯਮਾਂ ਵਿੱਚ ਤਬਦੀਲੀ ਹੋ ਸਕਦੀ ਹੈ। ਹੁਣ ਵੋਟਰ ਇਹ ਸੁਨਿਸ਼ਚਿਤ ਕਰਨ ਕਿ ਵੋਟਰ ਇਨਫੋਰਮੇਸ਼ਨ ਕਾਰਡ ਪ੍ਰਾਪਤ ਕਰਨ ਦੇ ਲਈ ਤੁਸੀਂ ਰਜਿਸਟਰਡ ਹੋ। ਸੰਘੀ ਚੋਣਾਂ ਵਿੱਚ ਰਜਿਸਟਰ ਕਰਨ ਅਤੇ ਵੋਟ ਪਾਉਣ ਦੇ ਲਈ ਤੁਹਾਡੇ ਲਈ ਲਾਜ਼ਮੀ ਹੈ ਕਿ ਤੁਸੀਂ ਕੈਨੇਡਾ ਦੇ ਨਿਵਾਸੀ ਹੋਵੋ, ਚੋਣਾਂ ਦੇ ਦਿਨ ਘੱਟੋ ਘੱਟ 18 ਸਾਲ ਦੇ ਹੋਵੋ, ਆਪਣੀ ਪਛਾਣ ਤੇ ਪਤੇ ਨੂੰ ਸਾਬਿਤ ਕਰੋ। ਵੋਟ ਪਾਉਣ ਦੇ ਲਈ ਆਪਣੀ ਆਈ ਡੀ ਜ਼ਰੂਰ ਤਿਆਰ ਰੱਖੋ। ਤੁਹਾਡੇ ਕੋਲ ਆਪਣੀ ਪਛਾਣ ਅਤੇ ਪਤੇ ਨੂੰ ਸਾਬਿਤ ਕਰਨ ਲਈ 3 ਵਿਕਲਪ ਹੁੰਦੇ ਨੇ। ਵੋਟ ਪਾਉਣ ਲਈ ਤੁਹਾਨੂੰ ਲਾਜ਼ਮੀ ਤੌਰ ਤੇ ਕੈਨੇਡੀਅਨ ਸਿਟੀਜ਼ਨ ਅਤੇ ਚੋਣ ਵਾਲੇ ਦਿਨ ਘੱਟੋ ਘੱਟ 18 ਸਾਲ ਦਾ ਹੋਣਾ ਲਾਜ਼ਮੀ ਹੈ। ਤੁਹਾਡਾ ਡਰਾਈਵਿੰਗ ਲਾਇਸੈਂਸ, ਤੁਹਾਡੀ ਫੋਟੋ, ਨਾਮ ਅਤੇ ਮੌਜੂਦਾ ਪਤੇ ਦੇ ਨਾਲ ਕੈਨੇਡਾ ਦੀ ਸਰਕਾਰ ਦੁਆਰਾ ਜਾਰੀ ਕੀਤਾ ਕੋਈ ਹੋਰ ਕਾਰਡ, ਸੰਘੀ, ਸੂਬਾਈ, ਖੇਤਰੀ ਜਾਂ ਸਥਾਨਕ ਪਛਾਣ ਦੇ ਇਹਨਾਂ ਦਸਤਾਵੇਜ਼ਾਂ ਦੇ ਵਿੱਚੋਂ ਇੱਕ ਦਿਖਾਇਆ ਜਾ ਸਕਦਾ ਹੈ। ਦੂਜਾ ਵਿਕਲਪ ਇਹ ਹੈ ਕਿ ਆਪਣੀ ਪਛਾਣ ਦੇ 2 ਸਬੂਤ ਦਿਖਾ ਸਕਦੇ ਹੋ। ਦੋਹਾਂ ਤੇ ਤੁਹਾਡਾ ਨਾਮ ਜ਼ਰੂਰੀ ਹੋਣਾ ਚਾਹੀਦਾ ਤੇ ਘੱਟੋ ਘੱਟ 1 ਤੇ ਤੁਹਾਡਾ ਵਰਤਮਾਨ ਪਤਾ ਹੋਣਾ ਚਾਹੀਦਾ। ਉਦਾਹਰਨ ਦੇ ਤੌਰ ਤੇ ਵੋਟਰ ਇਨਫੋਰਮੇਸ਼ਨ ਕਾਰਡ ਅਤੇ ਬੈਂਕ ਸਟੇਟਮੈਂਟ, ਯੂਟਿਲਿਟੀ ਬਿੱਲ ਅਤੇ ਵਿਦਿਆਰਥੀ ਪਛਾਣ ਕਾਰਡ। ਜੇ ਇਹ ਤੁਹਾਡੇ ਕੋਲ ਦੋਨੇ ਨਹੀਂ ਤਾਂ ਵੀ ਕੋਈ ਗੱਲ ਨਹੀਂ। ਜੇ ਤੁਹਾਡੇ ਕੋਲ ਪਛਾਣ ਦਾ ਸਬੂਤ ਨਹੀਂ ਹੈ ਤਾਂ ਤੁਸੀਂ ਹਾਲੇ ਵੀ ਵੋਟ ਪਾ ਸਕਦੇ ਹੋ। ਜੇਕਰ ਤੁਸੀਂ ਆਪਣੀ ਪਛਾਣ ਅਤੇ ਪਤੇ ਦਾ ਲਿਖਤੀ ਰੂਪ ਵਿੱਚ ਐਲਾਨ ਕਰਦੇ ਹੋ ਅਤੇ ਕੋਈ ਅਜਿਹਾ ਵਿਅਕਤੀ ਹੈ
जो तुहानू चाहता है तो जिस लिए तुहाड़ा पोलिंग स्टेशन नियत किया गया तुहाड़े लिए गवाही दिंदा है। गवाही देने वाला व्यक्ति अपनी पछाण अते पता साबित करन दे योग होना चाहिए ते कोई व्यक्ति सिर्फ एक व्यक्ति लिए ही गवाही दे सकता है। एक पासे इलैक्शन कैनेडा दे वल्लों ये सब कुछ साफ किया जा रहा है कि यह इलैक्शन सेफ होणगियां, पर कनेडियंस दे दिलां दे विच एक होर वड्डा सवाल है कि कैनेडा दे विच इस बार माइनॉरिटी सरकार बनेगी। 2019 की कैंपेन वांग ही इस बार भी जो समीकरण बन रहे ने उन्हां तों जापदा है कि लिबरल्स जां कंजरवेटिव्स दे विचों किसी नूं भी बहुमत हासिल नहीं होवेगा ते दोहां पार्टियां दे लई मजोरिटी सरकार पहुंच तों बाहर नजर आ रही है। हुण सवाल यह पैदा हुंदा है कि कैनेडा दे विच किहो जिही माइनॉरिटी सरकार बनेगी। अजिहा इसलिए कहा जा रहा है क्योंकि पोल ये दर्शाते हैं, पोल हर बार पुख्ता जानकारी दे लई नहीं हुंदे कि ए इलेक्शन दा रिजल्ट होवेगा, पर पोल दे दरमियान ए कहा जा सकता है कि हुण माइनॉरिटी गवर्नमेंट बनन दे आसार नजर आ रहे ने। पार्लियामेंट दीयां 338 सीटां विचों बहुगिनती सरकार बनाउण दे लई किसी भी पार्टी नूं 170 सीटां जां इस तों वध हासिल होणियां जरूरी ने। इस तों बाद जेतू रहण वाली पार्टी नूं कोई बिल पास करन लई दूजियां पार्टियां दा सहारा लैण दी लोड़ नहीं होवेगी अते उह 4 साल आराम दे नाल बीत कर लैणगे। 2021 दी चोण मुहिम विच दाखल हुंदे समें लिबरल्स दे कोल 155 सीटां, कंजरवेटिव्स दे कोल 119 सीटां ते एनडीपी कोल 24 सीटां, ब्लॉक क्यूबेकोआ दे कोल 32 सीटां, ग्रीन पार्टी दे कोल 2 सीटां सन अते 5 इंडिपेंडेंट एमपीज़ तों इलावा 1 सीट खाली सी। जे कोई भी पार्टी मेजोरिटी हासिल नहीं कर सकती तां इस बार किहो जिहे हालात रहणगे अते पार्टियां दा इस बारे की नज़रिया देखदा है, आओ इस ते इक झात मार लैंदे हां। लिबरल आगू जस्टिन ट्रूडो इस आस दे नाल चोन मैदान विच नितरे सन कि उन्हां नूं बहुमत हासिल हो जाएगा अते अगले 4 साला ओह मुड़ सत्ता उत्ते काबज रहणगे, पर जे एक बार फिर ट्रूडो दी पार्टी माइनॉरिटी हासिल कर लैंदी है तां इस विच कोई हैरानी नहीं होवेगी। ए भी हो सकदा है कि पार्टी उन्हां नूं ही अपना आगू बनाई रखे। 10 सितंबर नूं आगूआं दी फाइनल बहस तों बाद ट्रूडो ने चोणां करवाउण दे अपने फैसले नूं सही दसदिआं आख्या सी कि कनेडियंस कोल ए मौका है ਉਹ ਤੈਅ ਕਰ ਸਕਣ ਕਿ ਉਹ ਆਪਣਾ ਭਵਿੱਖ ਕਿਸ ਦੇ ਹੱਥ ਦੇਣਾ ਚਾਹੁੰਦੇ ਨੇ। ਹੁਣ ਤੱਕ ਦੀ ਚੋਣ ਮੁਹਿੰਮ ਦੇ ਵਿੱਚ ਕੰਜ਼ਰਵੇਟਿਵ ਆਗੂ ਐਡਨ ਅਟੂਲ ਚਾਹੁੰਦੇ ਹਨ ਕਿ ਕੈਨੇਡੀਅਨਸ ਖੱਬੇ ਪੱਖੀ ਗੱਠਜੋੜ ਜਾਂ ਕੰਜ਼ਰਵੇਟਿਵਸ ਦੇ ਵਿੱਚੋਂ ਇੱਕ ਦੀ ਚੋਣ ਕਰ ਸਕਣ। ਉਹਨਾਂ ਪਿਛਲੀ ਘੱਟ ਗਿਣਤੀ ਸਰਕਾਰ ਦੀ ਗੱਲ ਕਰਦਿਆਂ ਕਿਹਾ ਇਹ ਸਾਫ਼ ਸੀ ਕਿ ਬਲੌਕ ਐਨਡੀਪੀ ਅਤੇ ਗ੍ਰੀਨ ਲਿਬਰਲਸ ਦੀ ਮਦਦ ਕਰ ਰਹੇ ਹਨ। 10 ਸਤੰਬਰ ਨੂੰ ਹੋਈ ਬਹਿਸ ਵਿੱਚ ਇਹ ਪੁੱਛੇ ਜਾਣ ਉੱਤੇ ਕਿ ਕੀ ਉਹ ਅਗਲੇ 4 ਸਾਲਾਂ ਲਈ ਆਪਣੀ ਸਰਕਾਰ ਬਣਾਉਣ ਦੇ ਲਈ ਹੋਰਨਾਂ ਪਾਰਟੀਆਂ ਨਾਲ ਗੱਠਜੋੜ ਕਰਨਗੇ ਤਾਂ ਉਹਨਾਂ ਆਖਿਆ ਸੀ ਕਿ ਦੂਜੀਆਂ ਪਾਰਟੀਆਂ ਨਾਲ ਕੰਮ ਕਰਨ ਵਿੱਚ ਉਹਨਾਂ ਦੀ ਦਿਲਚਸਪੀ ਹੈ, ਪਰ ਬਸ਼ਰਤੇ ਉਹ ਸਾਰੀਆਂ ਵੀ ਉਹਨਾਂ ਦੇ ਪੈਂਡੈਮਿਕ ਰਿਕਵਰੀ ਪਲਾਨ ਦੇ ਨਾਲ ਸਹਿਮਤ ਰਹਿਣ। ਐਨਡੀਪੀ ਦੀ ਗੱਲ ਕਰੀਏ ਤਾਂ ਐਨਡੀਪੀ ਆਗੂ ਜਗਮੀਤ ਸਿੰਘ ਇਹ ਆਖ ਕੇ ਪ੍ਰਚਾਰ ਕਰ ਰਹੇ ਹਨ ਕਿ ਉਹਨਾਂ ਦੀ ਪਾਰਟੀ ਸਰਕਾਰ ਬਣਾਉਣ ਦੇ ਯੋਗ ਹੈ, ਪਰ ਉਹਨਾਂ ਨੂੰ ਜਿੰਨੀਆਂ ਸੀਟਾਂ ਚਾਹੀਦੀਆਂ ਨੇ ਮੌਜੂਦਾ ਅੰਕੜਿਆਂ ਅਨੁਸਾਰ ਉਹ ਮਿਲਦੀਆਂ ਨਜ਼ਰ ਨਹੀਂ ਆ ਰਹੀਆਂ। 43ਵੀਂ ਪਾਰਲੀਮੈਂਟ ਵਿੱਚ ਐਨਡੀਪੀ ਹੀ ਲਿਬਰਲਸ ਦੀ ਸਭ ਤੋਂ ਵੱਡੀ ਸਮਰਥਕ ਸੀ, ਪਰ ਇਹ ਪੁੱਛੇ ਜਾਣ ਉੱਤੇ ਕਿ ਮਾਈਨੋਰਿਟੀ ਸਰਕਾਰ ਬਣਾਉਣ ਦੀ ਸੂਰਤ ਦੇ ਵਿੱਚ ਕੰਜ਼ਰਵੇਟਿਵਸ ਨੂੰ ਵੀ ਉਹੋ ਜਿਹਾ ਸਮਰਥਨ ਉਹਨਾਂ ਵੱਲੋਂ ਮਿਲੇਗਾ ਤਾਂ ਉਹਨਾਂ ਆਖਿਆ ਕਿ ਦੋਹਾਂ ਪਾਰਟੀਆਂ ਵਿੱਚ ਕੁਝ ਵੀ ਇੱਕੋ ਜਿਹਾ ਨਹੀਂ ਹੈ। ਅਤੇ ਗ੍ਰੀਨ ਪਾਰਟੀ ਆਗੂ ਐਨਮੀ ਪਾਲ ਦੇ ਕੋਲ ਹਾਊਸ ਆਫ ਕਾਮਨਸ ਦੇ ਵਿੱਚ ਕੋਈ ਵੀ ਸੀਟ ਨਹੀਂ ਹੈ, ਪਰ ਪਿਛਲੀ ਪਾਰਲੀਮੈਂਟ ਵਿੱਚ ਉਹਨਾਂ ਦੇ ਕੌਕਸ ਨੇ ਕਈ ਅਹਿਮ ਮੁੱਦਿਆਂ ਉੱਤੇ ਲਿਬਰਲਸ ਦਾ ਸਾਥ ਦਿੱਤਾ ਸੀ। ਇਸ ਵਾਰ ਵੀ ਉਹ ਰਲ ਕੇ ਕੰਮ ਕਰਨ ਦਾ ਸੱਦਾ ਦੇ ਰਹੀ ਹੈ। ਕੋਈ ਵੀ ਪਾਰਟੀ ਸੱਤਾ ਵਿੱਚ ਆਉਣ ਤੋਂ ਬਾਅਦ ਗ੍ਰੀਨਸ ਨਾਲ ਕਿਸ ਹੱਦ ਤੱਕ ਹੱਥ ਮਿਲਾਉਣ ਦੀ ਚਾਹਵਾਨ ਹੈ ਇਹ 20 ਸਤੰਬਰ ਤੋਂ ਬਾਅਦ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਨੇ। ਬਲੌਕ ਕਿਊਬੈਕੋਆ ਆਗੂ ਯੂਬੇਸ ਫ੍ਰੈਂਕੋਇਸ਼ ਬਲਾਂਸ਼ੇ ਦਾ ਕਹਿਣਾ ਕਿ ਉਹ ਕਿਸੇ ਪਾਰਟੀ ਦੇ ਨਾਲ ਗੱਠਜੋੜ ਨਹੀਂ ਬਣਾਉਣਾ ਚਾਹੁੰਦੇ, ਪਰ ਮਾਈਨੋਰਿਟੀ ਸਰਕਾਰ ਬਣਨ ਦੀ ਸੂਰਤ ਵਿੱਚ ਉਹ ਹਰ ਮਾਮਲੇ ਦੇ ਹਿਸਾਬ ਨਾਲ ਤੈਅ ਕਰਨਗੇ ਕਿ ਸੰਬੰਧਿਤ ਸਰਕਾਰ ਦਾ ਸਮਰਥਨ ਕਰਨਾ ਜਾਂ ਨਹੀਂ। ਕੈਨੇਡਾ ਦੀਆਂ 5 ਪ੍ਰਮੁੱਖ ਪਾਰਟੀਆਂ ਦੇ ਲੀਡਰਸ ਨੇ ਵੀਰਵਾਰ ਨੂੰ ਕਿਊਬੈਕ ਵਿੱਚ ਆਯੋਜਿਤ ਅੰਗਰੇਜ਼ੀ ਭਾਸ਼ਾ ਦੀ ਆਫੀਸ਼ੀਅਲ ਡਿਬੇਟ ਵਿੱਚ ਇੱਕ ਦੂਜੇ ਦੇ ਨਿਸ਼ਾਨੇ ਸਾਧੇ ਨੇ। ਅਫੋਰਡੇਬਿਲਟੀ, ਕਲਾਈਮੇਟ ਚੇਂਜ, ਮਹਾਮਾਰੀ ਤੋਂ ਰਿਕਵਰੀ, ਰਿਕਰੀਏਸ਼ਨਲ ਲੀਡਰਸ਼ਿਪ ਐਂਡ ਅਕਾਊਂਟੇਬਿਲਟੀ, ਇਹਨਾਂ 5 ਵਿਸ਼ਿਆਂ ਨੂੰ ਡਿਬੇਟ ਲਈ ਨਿਰਧਾਰਿਤ ਕੀਤਾ ਗਿਆ ਸੀ। ਚੋਣਾਂ ਨੂੰ ਕੁਝ ਕੁ ਦਿਨ ਰਹਿ ਗਏ ਨੇ ਤੇ ਫਿਲਹਾਲ ਮੁਕਾਬਲਾ ਮੁੱਖ ਤੌਰ ਤੇ ਲਿਬਰਲ ਲੀਡਰ ਜਸਟਿਨ ਟਰੂਡੋ ਅਤੇ ਕੰਜ਼ਰਵੇਟਿਵ ਲੀਡਰ ਐਡਨ ਅਟੂਲ ਦੇ ਦਰਮਿਆਨ ਹੁੰਦਾ ਨਜ਼ਰ ਆ ਰਿਹਾ। ਹਾਲਾਂਕਿ ਹਾਲ ਦੀ ਘੜੀ ਦੋਹਾਂ ਵਿੱਚੋਂ ਕਿਸੇ ਦੀ ਵੀ ਬਹੁਮਤ ਦੀ ਸਰਕਾਰ ਬਣਦੀ ਨਜ਼ਰ ਨਹੀਂ ਆ ਰਹੀ। ਵੱਡੀ ਗਿਣਤੀ ਵਿੱਚ ਵੋਟਰਾਂ ਨੇ ਅਜੇ ਵੀ ਮਨ ਬਣਾਇਆ ਹੋਇਆ ਕਿ ਉਹ ਕਿਸ ਪਾਰਟੀ ਨੂੰ ਵੋਟ ਦੇਣਗੇ, ਇਸ ਕਰਕੇ ਅੰਗਰੇਜ਼ੀ ਦੀ ਲੀਡਰਾਂ ਦੀ ਡਿਬੇਟ ਵੀ
निर्णायक साबित हो सकती है। क्लाइमेट चेंज ते तकरार मूल निवासियों के मुद्दे ते तिखी बहस ग्रीन लीडर दी ट्रूडो दे नारीवाद नूं चुनौती क्यूबेक विच धार्मिक वक्ता आदि मुद्दे विचारे गए पर कई अहम मुद्दों ते लोड़ीदी चर्चा ना होने करके Plunge the country into an election even as the pandemic spurs thousands of new cases. But over the last 18 months, opposition parties have largely stood with you, putting the nation above politics. Why aren't you doing the same? How can you justify an election at this time? Tonight, over the next couple of hours, you're going to hear some very, very different, very strong ideas that are radically different about how we're going to move forward through this pandemic to end it, how we're going to build back better. Those decisions are going to be taken by your government now, in the coming weeks, this fall, not a year from now, not 2 years from now. Could it not have waited a few months, Mr. Trudeau? I know you want to go harder and faster on vaccinations. I know you want to go harder and faster on climate change. And you get to choose exactly that in this election. Mr. Blanchet, to you. You deny that Quebec has problems with racism, yet you defend legislation such as Bills 96 and 21, which marginalize religious minorities, Anglophones, and Allophones. Quebec is recognized as a distinct society, but for those outside the province, please help them understand why your party also supports these discriminatory laws. The question seems to imply the answer you want. Those laws are not about discrimination. They are about the values of Quebec. And yet religious minorities cannot progress. We are saying that those are legitimate laws that apply on Quebec territory. And there seems to be people around here who will share this point of view, which is a gain by itself for Quebec. Mr. Trudeau, you call yourself a feminist, but on your watch, sexual misconduct in Canada's armed forces continues to run rampant. Tell me, why are you allowing these unacceptable conditions to continue? Yes, these problems continue in workplaces across the country, particularly in the military. That's unacceptable, which is why we've taken even stronger measures. I have said before, and I'll say again tonight, that I do not believe that Mr. Trudeau is a real feminist. A feminist doesn't continue to push strong women out of his party when they are just seeking to serve. And I will say their names tonight and thank them. Thank you, Jane Philpott. Thank you, Jody Wilson-Raybould. Thank you, Selena Cesar Chavez. And I'm here tonight thanks to the work that you have done. Michael Kovrig and Michael Spavor have been in Chinese prisons for 1,004 days. The next prime minister has key decisions to make about our already tense relationship with China, such as telecommunications security and foreign investment. Some say this all comes down to a trade-off between Canada's economic growth and recognition of human rights. I'd like to know where you all stand. We have to do everything possible to secure the release of these two Canadians. We need to work with our allies, apply pressure, and make sure that we return these Canadians home. That's what we've got to do. And that's exactly what we've been doing. Over the past 3 years, we have worked with international allies to put pressure on China in every single one of their meetings. We've worked closely with the United States. We at the G7 a few weeks ago worked with the international community to make sure we're moving forward on challenging China where necessary in human rights, competing with them economically where we need to, and holding them to account on the rule of law as a global community. And Canada's voice has been very strong on that. Canada's voice has been absent, Mr. Trudeau. We have not worked with our allies on Huawei. We have not stood up for the 300,000 Canadians in Hong Kong. We've not fought for the two Michaels and put pressure on the communist regime. We have not stood up for human rights. Sir, you did not show up for a vote declaring a genocide towards the Uyghur people. You didn't show up. We have a plan to meet our Paris targets, but minimize the impact on jobs and investment. We're also going to make major investments in electric vehicles, in the hydrogen economy, small modular reactors. There is so much we can do to get our emissions down, but grow a strong economy, because without a strong economy, we can't tackle
climate change. We can't tackle the issues of today. But the reality that Mr. O'Toole has never understood is you can't have a strong economy unless you tackle climate change. And you ask about how we're going to convince the quarter of Canadians who still don't think climate change is real. Well, Mr. O'Toole can't even convince his party that climate change is real because they voted against that. And that's perhaps why his plan is so weak. His plan is to go back to the Harper targets. Mr. Trudeau always forgets one fact. He has never made a target for climate change. He has great ambition. That's part of the reason we're in an election in a pandemic is his ambition. He doesn't have achievement. Well, he never meets his targets. We have to deal in facts. And one of the facts I need to correct right now that everyone is laid into is we have not missed any of our targets. We are on track to exceeding our targets. And it's important that we are on facts. Secondly, I do My have a friend, question that for makes Mr. No Singh. Sense at all. We need to talk about science. We need to talk about experts. Absolutely. We agree on that, you and I both. So how is it that the experts that have rated our plan on climate to be an A have rated your plan to be an F? Experts of You're F. talking about the future. Let's talk about right now. You had 6 years. Why did and you've you got get the, well, let me finish. F let me finish. Climate. You've got the worst track record in all the G7 after 6 years. How Mr. can people Singh. The federal chunawa vich vadh to vadh polling yakeeni banaun de layi elections canada vallon har sambhav koshish kiti ja rahi hai. Federal chunawa layi advance voting 10 september to 13 september tak hovegi. Canada de 2 crore 80 lakh ਲੋਕਾਂ ਨੂੰ ਵੋਟਰ ਜਾਣਕਾਰੀ ਕਾਰਡ ਭੇਜੇ ਜਾ ਚੁੱਕੇ ਨੇ ਇਲੈਕਸ਼ਨਸ ਕੈਨੇਡਾ ਨੇ ਦੱਸਿਆ ਕਿ ਜਿਹੜੇ ਲੋਕ 20 ਸਤੰਬਰ ਨੂੰ ਆਪਣੇ ਸ਼ਹਿਰ ਵਿੱਚ ਨਹੀਂ ਹੋਣਗੇ ਉਹਨਾਂ ਵਾਸਤੇ ਐਡਵਾਂਸ ਪੋਲਿੰਗ ਦਾ ਪ੍ਰਬੰਧ ਕੀਤਾ ਗਿਆ ਅਤੇ ਵੋਟਰ ਕਾਰਡ ਵਿੱਚ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਜਿਹੜੇ ਵੋਟਰਾਂ ਨੂੰ ਇਸ ਹਫ਼ਤੇ ਦੇ ਅੰਤ ਤੱਕ ਕਾਰਡ ਨਹੀਂ ਮਿਲੇ ਸਨ ਉਹਨਾਂ ਨੂੰ ਖੁਦ ਰਿਟਰਨਿੰਗ ਆਫੀਸਰ ਕੋਲ ਜਾ ਕੇ ਰਜਿਸਟ੍ਰੇਸ਼ਨ ਕਰਵਾਉਣੀ ਪਈ ਤੇ ਉਹ ਆਨਲਾਈਨ ਰਜਿਸਟ੍ਰੇਸ਼ਨ ਵੀ ਕਰਵਾ ਸਕਦੇ ਸਨ ਰਜਿਸਟ੍ਰੇਸ਼ਨ ਵਾਸਤੇ ਲਾਜ਼ਮੀ ਸੀ ਕਿ ਸਬੰਧਿਤ ਸ਼ਖਸ ਕੈਨੇਡੀਅਨ ਸਿਟੀਜ਼ਨ ਹੋਵੇ ਤੇ ਉਸ ਦੀ ਉਮਰ 18 ਸਾਲ ਜਾਂ ਇਸ ਤੋਂ ਉੱਪਰ ਹੋਵੇ ਆਪਣੀ ਸ਼ਨਾਖਤ ਦੇ ਸਬੂਤ ਵਜੋਂ ਸਬੰਧਿਤ ਸ਼ਖਸ ਡਰਾਈਵਿੰਗ ਲਾਇਸੈਂਸ ਪੇਸ਼ ਕਰ ਸਕਦਾ ਤੇ ਇਸ ਤੋਂ ਇਲਾਵਾ ਫੈਡਰਲ ਜਾਂ ਸੂਬਾ ਸਰਕਾਰ ਦੁਆਰਾ ਜਾਰੀ ਆਈਡੀ ਕਾਰਡ ਵੀ ਪ੍ਰਵਾਨ ਕੀਤੇ ਜਾ ਰਹੇ ਹਨ ਐਡਵਾਂਸ ਪੋਲ ਮੇਲ ਇਨ ਬੈਲਟ ਜਾਂ ਇਨ ਪਰਸਨ ਵੋਟਿੰਗ ਦੇ ਆਪਸ਼ਨ ਦਿੱਤੇ ਗਏ ਨੇ ਤੇ ਹੁਣ ਵਾਰੀ ਤੁਹਾਡੀ ਆਪਣੀ ਰਿਸਰਚ ਕਰਨ ਦੀ ਕਿ ਤੁਸੀਂ ਕਿਸ ਪਾਰਟੀ ਨੂੰ ਆਪਣਾ ਕੀਮਤੀ ਵੋਟ ਦੇਣਾ ਚਾਹੁੰਦੇ ਹੋ ਕਿਸ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਕਿਸ ਪਾਰਟੀ ਦਾ ਸਾਥ ਦੇਣਾ ਚਾਹੁੰਦੇ ਹੋ ਤੇ ਕਿਸ ਪਾਰਟੀ ਦੇ ਲੀਡਰ ਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਦੇਖਣਾ ਚਾਹੁੰਦੇ ਹੋ ਕਿਸੇ ਵੀ ਪਾਰਟੀ ਨੂੰ ਵੋਟ ਦਿਓ ਪਰ ਵੋਟਿੰਗ ਪ੍ਰੋਸੈਸ ਵਿੱਚ ਹਿੱਸਾ ਜ਼ਰੂਰ ਲਓ ਤੇ ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ